फिरोजपुर के गांव बाजिदपुर साहिब में झड़प हुई थी। घर के पास रहने वाले लोगों ने नौजवान सौरभ पर हमला कर दिया था, जिससे झड़प में एक नौजवान सौरभ गंभीर रूप से जख्मी हो गया, जिससे फिरोजपुर के निजी अस्पताल में इलाज के लिए भर्ती करवाया गया था, जहां पर उसका इलाज चल रहा था कि हालत ज्यादा खराब होने के चलते घायल नौजवान को लुधियाना के DMC अस्पताल में रेफर किया गया, लेकिन सौरभ की मौत हो गई। वहीं परिवार वालों का रो रो कर बुरा हाल है भी। पुलिस ने मामला दर्ज कर हमलावर को पकड़ लिया है। भाई साल उम्र थी जिंदी इच्छाओं में आउंदा पे आदि रास्ते दे बेचे इतने करते कोल ही आ गए हैं गोट रेड़े दे जान्दे पहने नाल आप दा समान रखे हैं ना उधर टगू टगू रखे हुए थे जब बराबर ते लंगे उधर साठ लाई मगरो ਉਹਨੇ ਚਿਰ ਨੂੰ ਡਿੱਗਦਾ ਢਹਿੰਦਾ ਘਰ ਨੂੰ ਆਏ ਮਗਰ ਹੀ ਇਹ ਭੱਜੇ ਆਏ ਨੇ ਮਗਰ ਉਹ ਘਰ ਦੀ ਵੀ ਆ ਗਈ ਉੱਧਰ ਸਾਰਾ ਕਹਿੰਦਾ ਪਲੈਨ ਤਿਆਰ ਕੀਤਾ ਸੀ ਕਿੰਨੇ ਬੰਦੇ ਸੀ ਜੀ ਇਹ ਪੰਜ ਬੰਦੇ ਤੁਹਾਡੇ ਘਰ ਦੇ ਲਾਗੇ ਰਹਿੰਦੇ ਨੇ ਜੀ ਹਾਂਜੀ ਇੱਥੇ ਘਰ ਦੇ ਨੇੜੇ ਰਹਿੰਦੇ ਬਾਕੀ ਕੁਛ ਹੈਗੇ ਆ ਜਿਹੜੇ ਇਹਨਾਂ ਦੇ ਅਣਪਛਾਤ ਮਤਲਬ ਜਿਹੜੇ ਅੱਗੇ CID ਦਿੰਦੇ ਵੀ ਆਉਂਦਾ ਪਿਆ ਸ਼ੌਣਗੋ ਸਾਰੀ ਇਹਨਾਂ CID ਕੀਤੀ ਕੋਈ ਪੁਰਾਣੀ ਰੰਜੀ ਰੁੰਜੀ ਸੀ ਕੋਈ ਪੁਰਾਣੀ ਰੰਜਿਸ਼ ਨਹੀਂ ਬਸ ਰੱਜੇ ਪੁੱਜੇ ਰਹਿੰਦੇ ਜੋ ਅਮਲੀ ਇਹਦੇ ਨਾਲ ਹੁੰਦੇ ਆ ਰਾਤ ਵੀ ਦਿਨੇ ਵੀ ਦੋ ਨੰਬਰ ਦਾ ਇਹਦਾ ਕੰਮ ਹੈ ਅਤੇ ਘਰੇ ਕਈ ਮੋਟਰਸਾਈਕਲ ਕਈ ਮਸ਼ੀਨਰੀ ਜਿਹੜੀ ਖੜ੍ਹੀ ਹੋਈ ਹੈ ਜਿਹੜੇ ਚੋਰੀ ਦੇ ਸਮਾਨ ਲੈਂਦਾ ਇਹਦੀ ਅਤੇ ਸੌਰਭ ਨੇ ਕਈ ਵਾਰੀ ਕੋਈ ਵਿਰੋਧ ਵਿਰੋਧ ਕੀਤਾ ਜਿਵੇਂ ਨਸ਼ੇ ਦੇ ਖਿਲਾਫ਼ ਜਾਂ ਕੋਈ ਐਵੇਂ ਦਾ ਸੌਰਭ ਕੋਈ ਵਿਰੋਧ ਨਹੀਂ ਸਾਡਾ ਕਿਸੇ ਨਾਲ ਕੋਈ ਲੈਣ ਦੇਣ ਨਹੀਂ ਅਤੇ ਕਿਸ ਗੱਲ ਨੂੰ ਲੈ ਕੇ ਲੜਾਈ ਝਗੜਾ ਕਿਉਂ ਕੀਤਾ ਇਹਨਾਂ ਨੇ ਲੜਾਈ ਪਰਸੋਂ ਰਾਤ ਟੈਲੀਫੋਨ 'ਤੇ ਲੱਗਾ ਸੀ ਕਿਸੇ ਨਾਲ ਗੱਲ ਕਰਨ ਉਹ ਰੱਜੇ ਸੀ ਉਹ ਰੱਜੇ ਕੋਲੋਂ ਗਾਲ ਕੱਢ ਕੇ ਚਲੇ ਗਏ ਨੇ ਅਤੇ ਇਹ ਆਹਦਾ ਵੀ ਉਹਨੇ ਮੈਨੂੰ ਗਾਲ ਕੱਢੀ ਅਤੇ ਮੈਂ ਇਹਨੇ ਲੜਨਾ ਨਹੀਂ ਇਹ ਕੰਮ ਨਹੀਂ ਚੱਲਣਾ ਗਾ ਅਤੇ ਉਹ ਸਗੋਂ ਆਪਦਾ ਦੁਬਾਰਾ ਪੁਲਿਸ ਪ੍ਰਸ਼ਾਸਨ ਤੋਂ ਤੁਸੀਂ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਪਰਸੋਂ ਰਾਤ ਹੀ ਦਰਖਾਸਤ ਦੇ ਆਏ ਹਾਂ ਅਸ ਦੱਸਤੀ ਉਹਨਾਂ ਦੇ ਕੱਲ੍ਹ ਸਵੇਰੇ ਸਾਨੂੰ ਫਿਰ ਦਰਖਾਸਤ ਦੇ ਲਿਆ ਜੀ ਉੱਥੇ ਫੋਟੋ ਸਟੇਟ ਕਰਾ ਕੇ ਦੋ ਦਰਖਾਸਤਾਂ ਅਸੀਂ ਫਿਰ ਦੇ ਆਏ ਹਾਂ ਪਰਸੋਂ 8 ਵਜੇ ਤੋਂ ਲੈ ਹੁਣ ਜਿਵੇਂ ਤੁਹਾਡੇ ਮੁੰਡੇ ਦੀ ਡੈਥ ਹੋਈ ਆ ਉਹਦੇ ਬਾਰੇ ਤੁਸੀਂ ਕੀ ਪ੍ਰਸ਼ਾਸਨ ਤੋਂ ਇਨਸਾਫ ਮਿਲਣਾ ਚਾਹੀਦਾ ਜਿਹੜੇ ਇਹਨਾਂ ਦੇ ਕੋਈ ਜਿਹੜੇ ਬਾਕੀ ਨੇ ਉਹ ਗ੍ਰਿਫਤਾਰ ਕੀਤੇ ਜਾਣ ਕਿੰਨੇ ਕੀਤੇ ਇਹਦੇ ਬਾਰੇ ਅਜੇ ਮੈਨੂੰ ਨਹੀਂ ਪਤਾ ਮੈਂ ਤਾਂ ਘਰ ਆ ਆਪਦੇ ਤੁਹਾਡਾ ਕੀ ਨਾਮ ਜੀ ਮੇਰਾ ਨਾਮ ਬਲਵਿੰਦਰ ਕੁਮਾਰ ਬਾਕੀ ਜਿਹੜੇ ਕੀ ਕੰਮ ਕਰਦੇ ਤੁਸੀਂ ਮੈਂ ਖੇਤੀਬਾੜੀ ਦਾ ਕੰਮ ਕਰਦਾ ਜੀ ਅਤੇ ਸੌਰਭ ਕੀ ਕਰਦਾ ਸੀ ਸੌਰਭ ਬਿਜਲੀ ਬੋਰਡ 'ਚ ID ਮੀਟਰ ਰੀਡਿੰਗ ਦਾ ਕੰਮ ਕਰਦਾ ਜੀ ਜਿਹੜਾ ਬਜੀਤਪੁਰ ਏਰੀਆ ਵਿੱਚ ਜਿਹੜੀ ਮੰਦਭਾਗੀ ਘਟਨਾ ਹੋਈ ਸੀ ਅਤੇ ਪਰਚਾ ਇੱਕ ਰਜਿਸਟਰ ਕੀਤਾ ਗਿਆ 158/23 ਧਾਰਾ 302 148/149 ਅਤੇ ਅੱਡ ਅੱਡ ਧਾਰਾ ਵਿੱਚ ਪਰਚਾ ਦਰਜ ਹੋਇਆ ਅਤੇ ਜਿਹੜੇ ਮੁੱਖ ਦੋਸ਼ੀ ਸੀ ਰਜੇਸ਼ ਕੁਮਾਰ ਉਰਫ ਟਿੱਟੂ ਉਹਨੂੰ ਗ੍ਰਿਫਤਾਰ ਕੀਤਾ ਗਿਆ ਨਾਲ ਉਹਦੇ ਨਾਲ ਨਵਜੋਤ ਜਿਹੜੀ ਹੈਗੀ ਉਹਨੂੰ ਵੀ ਗ੍ਰਿਫਤਾਰ ਕੀਤਾ ਗਿਆ ਅਤੇ ਸਬਸਕ੍ਰਾਈਬ ਟੂ ਆਵਰ ਯੂਟਿਊਬ ਚੈਨਲ ਨਿਊਜ਼ DNN ਬਾਈ ਕਲਿਕਿੰਗ ਦ ਬੈਲ ਆਈਕੋਨ ਡੋਂਟ ਫੋਰਗੇਟ ਟੂ ਲਾਈਕ ਕਮੈਂਟ ਐਂਡ ਸ਼ੇਅਰ